लग रहा तुम सब्जी का, कि रेट लग रहा तुम जी? बहुत ज्यादा महंगी। जेड़ा आलू आ ये 40-50 रुपये घाता, जेडे गोभी आ वह भी 100 रुपये, टमाटर आ 60-70 रुपये, गाजर भैड़िया जी ये भी 60-70 रुपये, आ जी भिंडी बल्ला वाली ये भी सारी 40-50 रुपये ये करती है। सब्जी का भाजी कारण है पहला जानी लोकल अपनी चलती सी, हूँ सारी बाहर दी आ रही है सब्जी, वो करके रेट जो वधे हुए ने। नहीं जी गल करिए प्याजा की गल करिए आलूआं की गल करिए, क्यों इन्ना महंगा हो गया रेट पे? तो ऐरके अपना आलू ना हो करके बाहरों आलू आ रहा है, इस करके आलूआं के भाव ज्यादा ने मंडिया के बच्चे, इस करके आलूआं के भाव जे वधंदे ने। पर जे गल करिए गोभी जी 2-4 रुपये 5 रुपये किलो विकती सी, पर अज जी 70 रुपये किलो विकन दी है, की कारण है इन्ना महंगाई? जी 2-3 रुपये की गल कर रहे हो तो अपनी लोकल होने करके विकती है, हूँ तो शिमले की आ रही है, गर्मी के तुम पता सीजन जी अजक गोभी होंगी है, सारी शिमले की ही गोभी आ रही है, वो करके महंगी हो रही है। लॉकडाउन तो बाद तो बहुत फर्क पे सब्जी के रेटा च, भी गोभी भी 70 रुपये किलो हो गई है, कितने असं भी 40 या 30 के हिसाब से खड़ते सी, तो आलू भी आए तो रेट का भी थोड़ा फर्क पै गया। चलो जो जायज़ है वो सरकार को मंग करते हैं कि उस हिसाब से रेट लगना चाहिए। ਕਾਲ ਪ੍ਰਾਈਮੋ ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਜਗਜੀਤ ਸਿੰਘ। ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਜਿਉਂ ਹੀ ਲੋਕਡਾਊਨ ਹੁੰਦਾ ਤੇ ਹਰ ਚੀਜ਼ ਦਾ ਜਿਹੜਾ ਰੇਟ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਆ, ਉਸ ਦੇ ਚੱਲਦੇ ਹੀ ਜੇ ਰੋਜ਼ਮਰਾ ਦੀ ਗੱਲ ਕਰੀਏ ਤੇ ਇੱਕ ਸਬਜ਼ੀ ਜਿਹੜੀ ਆ ਉਹ ਰੋਜ਼ਮਰਾ 'ਚ ਖਾਣ ਵਾਲੀ ਚੀਜ਼ ਆ ਕਿ ਡੇਲੀ ਦੀ ਯੂਸੇਜ ਵਾਲੀ ਚੀਜ਼ ਆ, ਉਸ ਦੇ ਚੱਲਦਿਆਂ ਜੇ ਗੱਲ ਕਰੀਏ ਤੇ ਸਬਜ਼ੀਆਂ ਦੇ ਰੇਟ ਜਿਹੜੇ ਆ ਦਿਨੋਂ ਦਿਨ ਵੱਧਦੇ ਜਾ ਰਹੇ ਆ, ਉਸ ਦੇ ਚੱਲਦੇ ਹੀ ਅੱਜ ਅਜਨਾਲਾ ਦੇ ਅਸੀਂ ਕੁਝ ਸਬਜ਼ੀਆਂ ਵਾਲਿਆਂ ਨਾਲ ਗੱਲ ਕਰਾਂਗੇ ਅਤੇ ਕੁਝ ਕਸਟਮਰ ਨਾਲ ਗੱਲ ਕਰਾਂਗੇ ਕਿ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਉਹ ਸਬਜ਼ੀ ਖਰੀਦ ਰਹੇ ਨੇ। ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਜੀ? ਪਰਮਜੀਤ ਸਿੰਘ। ਅਜੇ ਤਾਂ ਭਾਜੀ ਕੀ ਲੱਗ ਰਿਹਾ ਤੁਹਾਨੂੰ ਸਬਜ਼ੀ ਦਾ, ਕਿੱਦਾਂ ਦਾ ਰੇਟ ਲੱਗ ਰਿਹਾ ਤੁਹਾਨੂੰ ਜੀ? ਬਹੁਤ ਜ਼ਿਆਦਾ ਮਹਿੰਗੀ। ਜਿਹੜਾ ਆਲੂ ਆ ਇਹ 40-50 ਰੁਪਏ ਘੱਤਾ, ਜਿਹੜੇ ਗੋਭੀ ਆ ਉਹ ਵੀ 100 ਰੁਪਏ, ਟਮਾਟਰ ਆ ਉਹ 60-70 ਰੁਪਏ, ਗਾਜਰਾਂ ਭੈੜੀਆਂ ਜੀਆਂ ਇਹ ਵੀ 60-70 ਰੁਪਏ, ਆਹ ਜਿਹੜੀ ਭਿੰਡੀ ਆ ਬੱਲਾਂ ਵਾਲੀ ਇਹ ਵੀ ਸਾਰੀ 40-50 ਰੁਪਏ ਇਹ ਘੱਤੀ ਆ। ਬਹੁਤ ਹੀ ਜ਼ਿਆਦਾ ਸਬਜ਼ੀ ਮਹਿੰਗੀ ਹੋ ਗਈ ਆ, ਖਾਣਾ ਕੀ ਹੈ, ਗਰੀਬ ਆਦਮੀ ਨੇ ਤਾਂ ਖਾਣਾ ਹੀ ਕੁਝ ਨਹੀਂ, ਇੰਨਾ ਜ਼ਿਆਦਾ ਮਹਿੰਗੀ ਹੋ ਗਈ ਹੈ ਸਬਜ਼ੀ ਅਤੇ ਬਹੁਤ ਜ਼ਿਆਦਾ ਰੇਟ ਹੋ ਗਿਆ, ਗਰੀਬਾਂ ਦਾ ਤਾਂ ਬਹੁਤ ਬੁਰਾ ਹਾਲ। ਸਾਰੇ ਲੋਕਡਾਊਨ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ 'ਚੋਂ ਕਿੰਨਾ ਵੀ ਡਿਫਰੈਂਟ ਲੱਗਦਾ ਤੁਹਾਨੂੰ? ਬਹੁਤ ਫਰਕ ਹੀ, ਹੁਣ ਤਾਂ ਹਰ ਇੱਕ ਚੀਜ਼ 'ਚ ਹੀ ਅੱਗ ਲਾਤੀ ਆ, ਹਰ ਇੱਕ ਚੀਜ਼ ਮਹਿੰਗੀ ਤੋਂ ਮਹਿੰਗੀ ਕਰਤੀ ਹੈ ਨਾ ਸਰਕਾਰ ਨੇ, ਤਾਂ ਬਹੁਤੇ ਕੰਨ ਫੜਾਤੇ ਨਾ ਹਰ ਸਬਜ਼ੀ 'ਚ ਹੀ। ਗੰਢੇ ਆ, ਗੰਢੇ ਅੱਗੇ ਸਸਤੇ ਮਿਲ ਜਾਂਦੇ ਸੀ, ਹੁਣ ਗੰਢੇ ਜਿਹੜੇ ਆ ਬਹੁਤ ਜ਼ਿਆਦਾ ਮਹਿੰਗੇ ਮਿਲਣ ਡੇ ਆ, ਗੰਢੇ ਵੀ ਇਹਨਾਂ 40-45 ਕਰਤੇ ਆ, ਬਹੁਤ ਜ਼ਿਆਦਾ ਸਬਜ਼ੀ ਭਾਜੀ, ਕੋਈ ਹੱਦ ਹੀ ਨਹੀਂ ਰਹਿ ਗਈ ਵੀ ਕਿਹੜੀ ਸਬਜ਼ੀ ਖਾਈਏ ਅਤੇ ਕਿਹੜੀ ਨਾ ਖਾਈਏ। ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਕੋਲ? ਇਹੋ ਮੰਗ ਕਰਦੇ ਹਾਂ ਵੀ ਇਹਨੂੰ ਕੁਝ ਕੋਈ ਨਾ ਕੁਝ ਰੇਟ ਟੁੱਟਣ, ਸਬਜ਼ੀ ਕੋਈ ਗਰੀਬ ਵੀ ਖਾ ਸਕੇ ਅਤੇ ਕੋਈ ਬੰਦਾ ਵੀ ਕੋਈ ਗਰੀਬ ਵੀ ਵੇਖ ਲਏ ਵੀ ਸਬਜ਼ੀ ਕਿਸ ਤਰ੍ਹਾਂ ਖਾਣੀ ਆ, ਬਹੁਤਾ ਜ਼ਿਆਦਾ ਬੁਰਾ ਹਾਲ ਕਰਤਾ ਇਹਨਾਂ ਦਾ। ਸਾਡੇ ਨਾਲ ਅਸੀਂ ਦੁਕਾਨਦਾਰ ਵੀ ਹੈਗੇ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਵੀਰ ਜੀ, ਤੁਸੀਂ ਦੁਕਾਨਦਾਰ ਹੋ, ਸਬਜ਼ੀ ਵੱਲੋਂ ਕਸਟਮਰਾਂ ਦਾ ਬੜਾ ਕਿਹਾ ਜਾਂਦਾ ਕਿ ਸਬਜ਼ੀ ਦੁਕਾਨਦਾਰ ਬੜੀ ਮਹਿੰਗੀ ਵੇਚ ਰਿਹਾ, ਕੀ ਕਾਰਨ ਹੈ ਸਬਜ਼ੀ ਇੰਨੀ ਮਹਿੰਗੀ ਵੇਚਣ ਦਾ? ਸਬਜ਼ੀ ਦਾ ਭਾਜੀ ਕਾਰਨ ਹੈ ਪਹਿਲਾਂ ਜਾਣੀ ਲੋਕਲ ਆਪਣੀ ਚੱਲਦੀ ਸੀ, ਹੁਣ ਸਾਰੀ ਬਾਹਰ ਦੀ ਆ ਰਹੀ ਹੈ ਸਬਜ਼ੀ, ਉਹਦੇ ਕਰਕੇ ਰੇਟ ਜਿਹੇ ਵਧੇ ਹੋਏ ਨੇ। ਨਹੀਂ ਜੇ ਗੱਲ ਕਰੀਏ ਪਿਆਜ਼ਾਂ ਦੀ ਗੱਲ ਕਰੀਏ ਤੇ ਆਲੂਆਂ ਦੀ ਗੱਲ ਕਰੀਏ, ਉਹ ਕਿਉਂ ਇੰਨਾ ਮਹਿੰਗਾ ਹੋ ਗਿਆ ਰੇਟ ਪਿਆ? ਤੋ ਐਰਕੀ ਆਪਣਾ ਆਲੂ ਨਾ ਹੋਣ ਕਰਕੇ ਬਾਹਰੋਂ ਆਲੂ ਆ ਰਿਹਾ, ਇਸ ਕਰਕੇ ਆਲੂਆਂ ਦੇ ਭਾਅ ਜ਼ਿਆਦੇ ਨੇ ਮੰਡੀਆਂ ਦੇ ਵਿੱਚ, ਇਸ ਕਰਕੇ ਆਲੂਆਂ ਦੇ ਭਾਅ ਜਿਹੜੇ ਵਧਦੇ ਨੇ। ਅਤੇ ਜੇ ਅਸੀਂ ਗੱਲ ਕਰੀਏ ਸ਼ਿਮਲਾ ਮਿਰਚ ਦੀ, ਗੋਭੀ ਦੀ ਗੱਲ ਕਰੀਏ ਤਾਂ ਗੋਭੀ ਵੀ 90 ਰੁਪਏ ਕਿਲੋ ਵਿਕਦੀ ਆ, ਇਹ ਕੀ ਚੱਕਰ ਇਹਨਾਂ? ਨਹੀਂ 90 ਰੁਪਏ ਕਿਲੋ ਤਾਂ ਨਹੀਂ ਭਾਅ ਜੀ ਵਿਕਦੀ, 70 ਰੁਪਏ ਕਿਲੋ ਜ਼ਰੂਰ ਵਿਕਦੀ ਹੈਗੀ ਆ, 90 ਰੁਪਏ ਵੇਲੇ ਕੋਈ ਤਾਂ ਉਹ ਜ਼ਿਆਦਾ ਨਜਾਇਜ਼ ਹੀ ਫਾਇਦਾ ਉਠਾ ਰਿਹਾ ਕਸਟਮਰ ਦਾ, ਜੇ 90 ਰੁਪਏ ਕਿਲੋ ਵੇਚਦੇ ਹੈਗੇ ਨੇ।
नहीं पर जे गल करिए गोभी जी 2-4 रुपए 5 रुपए किलो विकती सी पर अज जी 70 रुपए किलो विकंदी है की कारण है नमी 2-3 रुपए की गल कर रहे हो तो अपनी लोकल होने करके विकती है हूँ तो शिमले की आ रही है गर्मी के तुम पता सीजन जी अजक गोभी होंगी है सारी शिमले की ही गोभी आ रही है करके महंगी हो रही है जी शिमला मिर्च की गल करिए तो भी बड़ी चढ़ती रेट वो भी सर शिमले की आ रही सारी सब्जी शिमले तो आ रही है वो करके महंगी होने करके इस करके फिर महंगी होनी है अभी होर भी कस्टमर गल करते हैं साढ़े ना इतने होर भी कस्टमर है उन्होंने गल करेंगे हाँ जी भैन जी की नाम जी नवीना शर्मा तो मैम की कहना चाहते हो जी सब्जी अच्छ खरीदने आए हो तो कि लगन डे भा वाह ज़्यादा ही है काफ़ी है भा मतलब घट होना चाहिए रेट हाँ क्यों ज़्यादा क्यों है रेट ज़्यादा नहीं ना चाहिए हाँ कि फर्क लगन डे तुम दूजी जे पहला लॉकडाउन तो पहला कि फर्क से हूँ कि फर्क लगन डे सब्जियाँ लॉकडाउन हाँ हाँ लॉकडाउन तो पहले सस्ता सी हूँ महंगा सरकार चाहिए कि मतलब महंगाई जड़ी है अपनी घट कर महंगाई चाहिए हाँ महंगाई घट हो मतलब जोड़ा गरीब बंदा वो तो कुछ नहीं कर सकता वो ये सब्जी नहीं ले सकता वो नहीं ले सकता है तो जोड़ा चलो 4 पैसे कमाता उन्हें तो चलो लै ही लेनी है ना हूँ तो महंगी भी होगी तभी उन्हें लैनी लैनी गरीब ने भी है लेकिन कुछ थोड़े दे दुखी होकर उन्होंने लेना पैंती है हाँ गल है साढ़े ना होर भी कस्टमर है उन्होंने गल करा हाँ जी भैन जी की नाम जी वंदना शर्मा अभी तुम सब्जी लैन आए हो कि लग रहा तुम रेटा कि फर्क लगन दिया पहले ना हूँ नो लॉकडाउन तो बाद तो बहुत फर्क पाया सब्जी के रेटा च भी गोभी भी 70 रुपए किलो हो गई है कितने असी भी 40 या 30 के हिसाब से खड़ते सी तो आलू भी आए थे रेट का भी थोड़ा फर्क पै गया चलो जो जायज़ है वो सरकार को मंग करते हैं कि उस हिसाब से रेट लगना चाहिए तुहानू नहीं लगता कि रसोई चलानी ये वास्ते कितनी मुश्किल हो गई है जे इन्ने महंगे रेट हो जाएंगे हाँ जी जी जो मीडियम परिवार उन्होंने वास्ते तो बहुत मुश्किल है जेडे भी आम दिहाड़ीदार वर्कर ने उन्होंने तो रसोई का जो भी लैके जाना बहुत मुश्किल है ਤੁਸੀਂ ਵੇਖ ਰਹੇ ਹੋ ਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਜੇ ਇਹ ਇਦਾਂ ਹੀ ਚੱਲਦਾ ਰਿਹਾ ਤੇ ਗਰੀਬ ਬੰਦੇ ਵਾਸਤੇ ਰੋਟੀ ਖਾਣੀ ਵੀ ਮੁਸ਼ਕਲ ਹੈ ਅਸੀਂ ਹੋਰ ਵੀ ਦੁਕਾਨਦਾਰਾਂ ਦੇ ਕਸਟਮਰਾਂ ਨਾਲ ਗੱਲ ਕਰਾਂਗੇ ਕਿ ਉਹ ਕਿੱਦਾਂ ਦਾ ਮਹਿਸੂਸ ਕਰਦੇ ਨੇ ਅਸੀਂ ਦੁਕਾਨਦਾਰ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਇਹ ਕਿੱਦਾਂ ਕਹਿ ਰਹੇ ਨੇ ਤੇ ਉਹ ਇਹ ਕਿੱਦਾਂ ਸਬਜ਼ੀਆਂ ਪਰਚੇਜ ਕਰ ਰਹੇ ਨੇ ਹਾਂਜੀ ਵੀਰ ਜੀ ਕਸਟਮਰਾਂ ਦਾ ਕਹਿਣਾ ਹੈ ਕਿ ਸਬਜ਼ੀ ਤੁਸੀਂ ਬਹੁਤ ਮਹਿੰਗੀ ਵੇਚ ਰਹੇ ਹੋ ਕੀ ਕਾਰਨ ਇੰਨੀ ਮਹਿੰਗੀ ਸਬਜ਼ੀ ਹੋਣ ਦਾ ਸਬਜ਼ੀ ਸਰ ਪਿੱਛੇ ਸੇ ਮਹਿੰਗੀ ਆ ਰਹੀ ਹੈ ਸ਼ਿਮਲੇ ਤੋਂ ਜੋ ਸਬਜ਼ੀ ਆ ਰਹੀ ਹੈ ਗੋਭੀ ਤੋਂ ਗਾਜਰ ਫਲੀ ਸਰ ਇਹ ਪਿੱਛੇ ਸੇ ਮਹਿੰਗੀ ਆ ਰਹੀ ਹੈ ਅਬ ਹਮ ਇਸ ਕਰਕੇ ਮਹਿੰਗੀ ਵੇਚਣੀ ਪੜ ਰਹੀ ਹੈ ਜੇ ਗੱਲ ਕੀਤੀ ਜਾਵੇ ਪੰਜਾਬ ਸਬਜ਼ੀ ਦੇ ਇਸ ਵੇਲੇ ਪੰਜਾਬ ਦੀ ਸਬਜ਼ੀ ਹੀ ਸਸਤੀ ਹੁੰਦੀ ਹੈ ਇਹ ਬਾਹਰ ਵਾਲੀ ਸਬਜ਼ੀ ਕੋਈ ਸਸਤੀ ਨਹੀਂ ਹੁੰਦੀ ਜੀ ਨਹੀਂ ਬਾਹਰ ਵਾਲੀ ਸਬਜ਼ੀ ਸਭ ਮਹਿੰਗੀ ਹੈ ਪੰਜਾਬ ਦੀ ਜਿਹੜੀ ਸਬਜ਼ੀ ਲੋਕਲ ਹੈ ਉਹ ਥੋੜੀ ਸਸਤੀ ਹੈ ਬਾਕੀ ਸਭ ਜੋ ਬਾਹਰ ਕੀ ਸਬਜ਼ੀ ਹੈ ਉਹ ਸਭ ਮਹਿੰਗੀ ਹੈ ਸਰ ਜਿਹੜੀ ਫਲੀ ਸਰ ਇਹ ਮਿਲੰਡੀ ਹੁਣ 80 ਰੁਪਏ ਕਿਲੋ ਮਿਲੰਡੀ ਉੱਥੋਂ ਸਰ ਔਰ ਜਿਹੜੀ ਆ ਗੋਭੀ ਹੈ ਗੋਭੀ ਮਿਲੰਡੀ 70 ਰੁਪਏ ਕਿਲੋ ਅੱਛਾ ਸਰ ਜਿਹੜੀ ਗਾਜਰਾਂ ਗੁਜਰਾਂ ਹੈ ਮਿਲੰਡੀ ਉੱਤੇ 15 ਰੁਪਈਏ ਕਿਲੋ ਟਮਾਟਰ ਦਾ ਕਰੇਟ ਸਰ ਜਿੱਥੇ 700-800 ਰੁਪਏ ਕਮਦਾ ਉਹ 1200 ਰੁਪਏ ਦਾ 1400 ਰੁਪਏ ਤੱਕ ਦਾ ਕਰੇਟ ਸਰ ਵਿਕ ਰਿਹਾ ਹੈ ਜੇ ਗੱਲ ਕੀਤੀ ਜਾਵੇ ਤਾਂ ਸਬਜ਼ੀਆਂ ਦਾ ਰੇਟ ਕਿੱਦਾਂ ਘੱਟ ਸਕਦੇ ਨੇ ਜੇ ਤੁਹਾਡੇ ਕੋਲ ਜੇ ਤੁਸੀਂ ਡੇਲੀ ਸਬਜ਼ੀ ਵੇਚਦੇ ਹੋ ਕਿਸ ਤਰੀਕੇ ਨਾਲ ਸਬਜ਼ੀ ਦਾ ਰੇਟ ਘੱਟ ਸਕਦੇ ਨੇ ਸਰ ਇਹ ਤਾਂ ਬਸ ਇਹਨਾਂ ਕੇ ਹੱਥ 'ਚ ਹੀ ਹੈ ਕਿਸ ਤਰ੍ਹਾਂ ਘੱਟ ਸਕਦੀ ਦੇਖੋ ਕੁਝ ਤੋਂ ਲੋਕਡਾਊਨ ਦੇ ਵਿੱਚ ਜਿਹੜੇ ਗੈਪ ਪੈ ਜਾਂਦਾ ਨਾ ਇਸ ਕਰਕੇ ਸਰ ਥੋੜ੍ਹੀ ਮਹਿੰਗੀ ਹੁੰਦੀ ਸਬਜ਼ੀ ਹੁਣ ਜਿਹੜੀ 2 ਦਿਨ ਦਾ ਪਹਿਲਾਂ ਗੈਪ ਰਹਿੰਦਾ ਸੀ ਇਹਦੇ ਨਾਲ ਬੜਾ ਫਰਕ ਪੈਂਦਾ ਹੈ ਕਿ ਸਬਜ਼ੀਆਂ ਸਾਰੀ ਖਰਾਬ ਹੋ ਜਾਂਦੀ ਕਾਸ਼ ਕਰੋਗੇ ਤੋ ਅਗਲੇ ਦਿਨ ਜਾਂਦੇ ਫਿਰ ਉਹ ਮਹਿੰਗੇ ਵਿਕਦੀ ਸਰ ਮਹਿੰਗੀ ਹੋ ਜਾਂਦੀ ਸੀ ਮੰਡੀ ਇਸ ਕਰਕੇ ਸਾਰਾ ਜੋ ਲੋਕਡਾਊਨ ਹਟ ਜਾ ਤੋ ਫਰਕ ਪੈ ਸਕਦਾ ਹੈ ਸਬਜ਼ੀ ਨਾਲ ਵੀ ਹਰ ਚੀਜ਼ ਨਾਲ ਫਰਕ ਪੈ ਜਾਊਗਾ ਸਰ ਤੁਸੀਂ ਵੇਖ ਰਹੇ ਹੋ ਕਿ ਲੋਕਡਾਊਨ ਨਾਲ ਵੀ ਜਿਹੜਾ ਸਬਜ਼ੀਆਂ ਦੇ ਕਾਫੀ ਰੇਟਾਂ 'ਚ ਫਰਕ ਪੈ ਰਿਹਾ ਵਾ ਅਸੀਂ ਤੁਹਾਨੂੰ ਹੋਰ ਵੀ ਕਸਟਮਰਾਂ ਨਾਲ ਗੱਲ ਕਰਦੇ ਹਾਂ ਜੀ ਸਾਡੇ ਨਾਲ ਇੱਥੇ ਹੋਰ ਵੀ ਕਸਟਮਰ ਹੈਗੇ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਅਮਰਿਤਪਾਲ ਕੌਰ ਹੈ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਸਬਜ਼ੀ ਖਰੀਦਣ ਆਏ ਹੋ ਕਿੰਨਾ ਕੁ ਫਰਕ ਲੱਗਣ ਡਿਆ ਤੁਹਾਨੂੰ ਸਬਜ਼ੀ ਦੇ ਰੇਟਾਂ 'ਚ ਸਾਨੂੰ ਤੇ ਡਬਲ ਰੇਟ ਹੋ ਗਏ ਸਬਜ਼ੀ ਦੇ ਜਿਹੜੀ ਕਿ ਯਾਨੀ ਜਿਹੜੀ ਕਿ ਅੱਜ ਤੋਂ ਕੁਛ 10-20 ਦਿਨ ਪਹਿਲਾਂ ਪਿਆਜ਼ ਜਿਹੜੇ ਸੀ 13-14 ਰੁਪਏ ਮਿਲਦੇ ਸੀ ਅਤੇ ਹੁਣ ਦੇਖੋ 30-35 ਰੁਪਏ ਕਿਲੋ ਮਿਲ ਰਹੇ ਆ ਆਲੂ ਜਿਹੜੇ ਆ 40 ਰੁਪਏ ਨੂੰ ਪਹੁੰਚ ਚੁੱਕੇ ਆ ਅਤੇ ਇਸ ਤਰ੍ਹਾਂ ਬਹੁਤ ਸਬਜ਼ੀਆਂ ਦੇ ਰੇਟ ਯਾਨੀ ਆ ਭਿੰਡੀ ਦੇਖ ਲਓ 80 ਰੁਪਏ ਮਿਲੇਗੀ ਜਿਹੜੀ ਕਿ 10-20 ਰੁਪਏ ਕਿਲੋ ਖੱਜਲ ਹੁੰਦੀ ਫਿਰਦੀ ਹੁੰਦੀ ਹੈ ਅਤੇ ਕਾਫੀ ਰੇਟ ਸਬਜ਼ੀਆਂ ਦੇ ਹਾਈ ਹੋ ਗਏ ਆ ਇਹਨਾਂ ਨੂੰ ਕੁਛ ਰੋਕਥਾਮ ਲੱਗਣੀ ਚਾਹੀਦੀ ਹੈ ਜੇ ਆਮ ਇਨਸਾਨ ਦੀ ਗੱਲ ਕਰੀਏ ਤਾਂ ਉਹ ਫਿਰ ਰੋਟੀ ਕਿੱਦਾਂ ਖਾ ਸਕਦਾ ਹੈ ਡੇਲੀ ਵਾਸਤੇ ਉਹ ਆਮ ਇਨਸਾਨ ਵਾਸਤੇ ਤਾਂ ਬਹੁਤ ਮੁਸ਼ਕਲ ਵਾਲੀ ਗੱਲ ਹੋਏਗੀ ਕਿ ਉਹ ਸਬਜ਼ੀ ਨਾਲ ਰੋਟੀ ਖਾ ਹੀ ਨਹੀਂ ਪਾਊਗਾ ਕਿ ਚਾਰ ਨਾਲ ਹੀ ਖਾਏਗਾ ਸਾਡੇ ਨਾਲ ਇੱਥੇ ਹੋਰ ਵੀ ਕਸਟਮਰ ਹੈਗੇ ਨੇ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਜੀ ਰੇਨੂ ਤੁਸੀਂ ਸਬਜ਼ੀ ਖਰੀਦ ਰਹੇ ਹੋ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਕਿੰਨਾ ਰੇਟ ਦਾ ਫਰਕ ਲੱਗ ਰਿਹਾ ਪਹਿਲਾਂ ਤੇ ਹੁਣ ਨਾਲੋਂ ਬਹੁਤ ਮਹਿੰਗੀ ਹੋ ਗਈ ਸਬਜ਼ੀ ਬਹੁਤ ਮਹਿੰਗੀ ਤੇ ਕਿੱਦਾਂ ਚਾਹੁੰਦੇ ਕਿੱਦਾਂ ਜੋ ਪਹਿਲਾਂ ਦਾ ਰੇਟ ਕਿੰਨਾ ਕਿ ਹੁਣ ਕਿੰਨਾ ਫਰਕ ਪੈ ਗਿਆ ਜੀ ਅੱਧੋ ਅੱਧ ਦਾ ਫਰਕ ਪੈ ਗਿਆ
ਤੁਸੀਂ ਵੇਖ ਰਹੇ ਹੋ ਕਿ ਚਾਰੇ ਪਾਸੇ ਹੀ ਜਿਹੜਾ ਸਬਜ਼ੀਆਂ ਦੇ ਰੇਟਾਂ 'ਚ ਕਾਫੀ ਫਰਕ ਪੈਣ ਕਰਕੇ ਕਾਫੀ ਕਸਟਮਰਾਂ ਦਾ ਜਿਹੜਾ ਲੋਕਾਂ ਦੇ ਰੋਜ਼ਾਨਾ ਵਾਲੀ ਜਿਹੜੀ ਸਬਜ਼ੀ ਦੀ ਯੂਸੇਜ ਆ ਉਹਦੇ ਵਿੱਚ ਲੋਕਾਂ ਨੂੰ ਬੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਕਿ ਇੰਨੇ ਮਹਿੰਗੇ ਪੱਧਰ ਤੇ ਸਬਜ਼ੀਆਂ ਖਰੀਦਣੀਆਂ ਅਤੇ ਰੋਟੀ ਖਾਣੀ ਵੀ ਆਮ ਇਨਸਾਨ ਵਾਸਤੇ ਬੜੀ ਮੁਸ਼ਕਲ ਹੋ ਗਈ ਆ। ਸਰਕਾਰ ਨੂੰ ਚਾਹੀਦਾ ਹੈ ਕਿ ਇਹਦੇ ਵਾਸਤੇ ਕੋਈ ਨਾ ਕੋਈ ਬੈਨੀਫਿਟ ਬਣਾਵੇ ਅਤੇ ਇਹੋ ਸਬਜ਼ੀਆਂ ਜਿਹੜੀਆਂ ਨੇ 20-25 ਰੁਪਏ ਵਿਕਦੀਆਂ ਸੀ ਅੱਜ 70-80 ਰੁਪਏ ਵਿਕਦੀਆਂ ਨੇ, ਇਹਨਾਂ ਦਾ ਰੇਟ ਸਹੀ ਕੀਤੇ ਜਾਣ ਕਿ ਜਿਹੜੇ ਆਮ ਜਨਤਾ ਵੀ ਆ ਉਹ ਸੁੱਖ ਦਾ ਸਾਹ ਲੈ ਸਕੇ ਅਤੇ ਚੰਗੀ ਰੋਟੀ ਖਾ ਸਕੇ। ਤੁਸੀਂ ਜੁੜੇ ਰਹੋ ਇਦਾਂ ਹੀ ਪ੍ਰਾਈਮ ਮੁੱਦੇ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ ਅਜੇ ਦੇ ਨਾਲ ਤੋਂ ਜਗਜੀਤ ਸਿੰਘ ਦੀ ਰਿਪੋਰਟ।